ਜਿਹੜੇ ਨੌਜਵਾਨ ਹੈ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਜ਼ਿਆਦਾ ਇਹ ਹੁੰਦਾ ਕਿ ਅਸੀਂ ਵਿਦੇਸ਼ ਜਾਈਏ, ਤੁਸੀਂ ਵਾਪਸ ਪਰਤੇ ਹੋ, ਇਸ 'ਚ ਕੀ ਉਰੇ ਵਾਪਸ ਖਾਸ ਲੱਗਿਆ ਕੁਛ? ਇਹ ਹੈ ਜੀ ਕਿ ਉੱਥੇ ਜਾ ਕੇ ਵੀ ਆਪਾਂ ਨੇ ਜ਼ੀਰੋ ਤੋਂ ਹੀ ਸਟਾਰਟ ਕਰਨਾ, ਤਾਂ ਕਿਉਂ ਨਾ ਜਿਹੜਾ ਆਪਾਂ 20 ਲੱਖ ਰੁਪਇਆ 25 ਲੱਖ ਰੁਪਇਆ ਲਾ ਕੇ ਆਪਾਂ ਇੱਥੋਂ ਲਾ ਕੇ ਉੱਥੇ ਜਾ ਰਹੇ ਹਾਂ, ਤਾਂ ਉਹੀ 20-25 ਲੱਖ ਨੂੰ ਆਪਾਂ ਸਿਰਫ ਉਹਦਾ ਵੰਨ ਥਰਡ ਕਰਕੇ 1 ਲੱਖ 2 ਲੱਖ ਜਾਂ 3 ਲੱਖ ਕਰਕੇ ਛੋਟੇ ਕੰਮ ਤੋਂ ਇੱਥੋਂ ਸ਼ੁਰੂ ਕੀਤਾ ਜਾਵੇ, ਕਿਉਂਕਿ ਸਟਾਰਟਅਪ ਤਾਂ ਸਰ ਇੱਥੇ ਵੀ ਜ਼ੀਰੋ ਤੋਂ ਹੀ ਆ, ਉੱਥੇ ਵੀ ਜ਼ੀਰੋ ਤੋਂ ਹੀ ਆ। ਵੈਸੇ ਖਾਸ ਕੀ ਹੈ ਤੁਹਾਡੇ? ਦੇਖੋ ਜੀ, ਸਾਡੇ ਕੋਲ ਖਾਸ ਤਾਂ ਜੀ ਸਾਰਾ ਕੁਛ ਹੀ ਹੈ, ਕਿਉਂਕਿ ਇਹ ਖਾਸ ਇਸ ਕਰਕੇ ਹੋ ਜਾਂਦਾ ਕਿਉਂਕਿ ਇੱਕ ਤਾਂ ਅਸੀਂ ਮੈਦਾ ਨਹੀਂ ਯੂਜ਼ ਕਰ ਰਹੇ, ਦੂਸਰਾ ਇਹ ਸਾਰਾ ਕੁਛ ਐਗਲੈਸ ਆ, ਅਤੇ ਤੀਸਰਾ ਇਹ ਸ਼ੱਕਰ ਨਾਲ ਹੀ ਬਣਾ ਰਹੇ ਹਾਂ, ਵਾਈਟ ਸ਼ੂਗਰ ਜਾਂ ਬਰਾਊਨ ਸ਼ੂਗਰ ਅਸੀਂ ਯੂਜ਼ ਨਹੀਂ ਕਰਦੇ। ਉਸ ਤੋਂ ਬਾਅਦ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਅਤੇ ਕਿਹੋ ਜਿਹਾ ਰਿਸਪੋਂਸ? ਸਾਨੂੰ 4 ਮੰਥ ਪਲੱਸ ਹੋ ਗਿਆ ਵਾ, ਅਤੇ ਰਿਸਪੋਂਸ ਬਹੁਤ ਵਧੀਆ ਲੋਕਾਂ ਦਾ, ਅਤੇ ਬਸ ਤੁਹਾਡੇ ਸਾਹਮਣੇ ਹੀ ਆ ਬਾਕੀ। ਅਕਸਰ ਹੀ ਪੰਜਾਬ ਦੇ ਨੌਜਵਾਨ ਪੰਜਾਬ ਤੋਂ ਬਾਹਰ ਜਾ ਕੇ ਵਿਦੇਸ਼ਾਂ ਦੇ ਵਿਚਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਨੂੰ ਜ਼ਿਆਦਾ ਆਸਾਨ ਸਮਝਦੇ ਨੇ, ਹਾਲਾਂਕਿ ਉੱਥੇ ਜਾ ਕੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉੱਥੇ ਜਾ ਕੇ ਕਈ ਵਾਰੀ ਸੈਟਿੰਗ ਨਹੀਂ ਵੀ ਬੈਠਦੀ, ਫਿਰ ਉਹਨਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ ਨੇ। ਪਰ ਅੱਜ ਤੁਹਾਨੂੰ ਇੱਕ ਅਜਿਹੇ ਜੋੜੇ ਨਾਲ ਮਿਲਾਉਣ ਲੈ ਕੇ ਆਏ ਹਾਂ ਜੋ ਪਟਿਆਲੇ ਦੇ ਵਿਚਕਾਰ ਪਿਛਲੇ ਕਈ ਸਮੇਂ ਤੋਂ ਰੋਡ ਸਾਈਡ ਬੇਕਰੀ ਚਲਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਵਿਦੇਸ਼ ਜਾ ਕੇ ਪੜ੍ਹਾਈ ਕਰਨ ਤੋਂ ਬਾਅਦ ਇਹ ਵਾਪਸ ਇੰਡੀਆ ਪਰਤਦੇ ਨੇ ਅਤੇ ਪਟਿਆਲੇ ਦੇ ਵਿਚਕਾਰ ਇਹ ਰੋਡ ਸਾਈਡ ਬੇਕਰੀ ਸ਼ੁਰੂ ਕਰਦੇ ਨੇ। ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ, ਸਭ ਤੋਂ ਪਹਿਲਾਂ ਭਾਜੀ ਆਪਣਾ ਨਾਮ ਦੱਸੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ। ਤੇ ਭਾਜੀ ਕਿੰਨੇ ਕੁ ਦੇਰ ਤੋਂ ਤੁਸੀਂ ਪਿਛਲੇ ਉਰੇ ਇਹ ਰੋਡ ਸਾਈਡ ਬੇਕਰੀ ਚਲਾ ਰਹੇ ਹੋ? ਸਰ ਅਸੀਂ 4-5 ਮੰਥ ਹੋ ਗਈ ਸਾਨੂੰ, ਇਸ ਵਾਰ 5 ਮੰਥ ਹੋ ਜਾਣਗੇ ਜੀ, 5 ਮੰਥ ਅਸੀਂ ਚਲਾ ਰਹੇ ਹਾਂ ਜੀ। ਤੇ ਵੈਸੇ ਜਿਹੜੇ ਨੌਜਵਾਨ ਹੈ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਜ਼ਿਆਦਾ ਇਹ ਹੁੰਦਾ ਕਿ ਅਸੀਂ ਵਿਦੇਸ਼ ਜਾਈਏ, ਵਿਦੇਸ਼ ਜਾ ਕੇ ਆਪਣੇ ਉੱਥੇ ਜਾ ਕੇ ਪੜ੍ਹਾਈ ਕਰੀਏ, ਉਸ ਤੋਂ ਬਾਅਦ ਉੱਥੇ ਆਪਣੇ ਕਰੀਅਰ ਦੀ ਸ਼ੁਰੂਆਤ ਕਰੀਏ, ਜਾਂ ਫਿਰ ਨੌਕਰੀ ਲੱਭਦੇ ਨੇ ਉੱਥੇ ਜਾ ਕੇ, ਜਾਂ ਫਿਰ ਆਪਣਾ ਕਾਰੋਬਾਰ ਸ਼ੁਰੂਆਤ ਕਰਨ, ਤੁਸੀਂ ਵਾਪਸ ਪਰਤੇ ਹੋ, ਇਸ 'ਚ ਕੀ ਉੱਥੇ ਕੋਈ ਖਾਸ ਉਰੇ ਵਾਪਸ ਖਾਸ ਲੱਗਿਆ ਕੁਛ ਆ ਕੇ? ਸਰ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜੀ ਜੋ ਆਪਣਾਪਣ ਇੱਥੇ ਆ ਉਹ ਆਪਾਂ ਨੂੰ ਬਾਹਰ ਨਹੀਂ ਮਿਲ ਰਿਹਾ, ਹੈ ਨਾ, ਅਤੇ ਨਾ ਹੀ ਉਹ ਕਦੇ ਹੋ ਸਕਦਾ। ਅਤੇ ਬਾਕੀ ਇਹ ਹੈ ਜੀ ਕਿ ਉੱਥੇ ਜਾ ਕੇ ਵੀ ਆਪਾਂ ਨੇ ਜ਼ੀਰੋ ਤੋਂ ਹੀ ਸਟਾਰਟ ਕਰਨਾ, ਤਾਂ ਕਿਉਂ ਨਾ ਜਿਹੜਾ ਆਪਾਂ 20 ਲੱਖ ਰੁਪਇਆ 25 ਲੱਖ ਰੁਪਇਆ ਲਾ ਕੇ ਆਪਾਂ ਇੱਥੋਂ ਲਾ ਕੇ ਉੱਥੇ ਜਾ ਰਹੇ ਹਾਂ, ਤਾਂ ਉਹੀ 20-25 ਲੱਖ ਨੂੰ ਆਪਾਂ ਸਿਰਫ ਉਹਦਾ ਵੰਨ ਥਰਡ ਕਰਕੇ 1 ਲੱਖ 2 ਲੱਖ ਜਾਂ 3 ਲੱਖ ਕਰਕੇ ਛੋਟੇ ਕੰਮ ਤੋਂ ਇੱਥੋਂ ਸ਼ੁਰੂ ਕੀਤਾ ਜਾਵੇ, ਕਿਉਂਕਿ ਸਟਾਰਟਅਪ ਤਾਂ ਸਰ ਇੱਥੇ ਵੀ ਜ਼ੀਰੋ ਤੋਂ ਹੀ ਆ, ਉੱਥੇ ਵੀ ਜ਼ੀਰੋ ਤੋਂ ਹੀ ਆ, ਤਾਂ ਸੇਮ ਟਾਈਮ ਉਰੇ ਲੱਗਣਾ, ਸੇਮ ਟਾਈਮ ਉੱਥੇ ਲੱਗਣਾ, ਬਟ ਇਹ ਹੈ ਕਿ ਇੱਥੇ ਆਪਣਿਆਂ ਦਾ ਸਾਥ, ਯਾਰਾਂ ਦੋਸਤਾਂ ਦਾ, ਰਿਸ਼ਤੇਦਾਰਾਂ ਦਾ, ਆਪਣੇ ਮਾਂ ਪਿਓ ਦਾ, ਸਭ ਦਾ ਸਾਥ ਮਿਲੂਗਾ, ਅਤੇ ਹੋ ਸਕਦਾ ਕਿ ਹੋਪਸ ਹੋ ਕਿ ਆਪਾਂ ਜੋ ਟਾਈਮ ਆਪਾਂ ਨੂੰ ਉੱਥੇ ਲੱਗਣਾ ਉੱਥੋਂ ਅੱਧਾ ਟਾਈਮ ਦੇ ਵਿੱਚ ਆਪਾਂ ਇੱਥੇ ਜਿਹੜਾ ਹੈਗਾ ਉਹ ਇੱਕ ਸਫਲਤਾ ਹਾਸਲ ਕਰ ਸਕੀਏ। ਅਤੇ ਦੂਸਰਾ ਇਹ ਆ ਕਿ ਜੋ ਪੰਜਾਬ ਆ ਆਪਣਾ ਦੇਸ਼ ਆ ਉਹ ਆਪਣਾ ਹੀ। ਠੀਕ ਹੈ, ਅਤੇ ਵੈਸੇ ਕਿਹੜੀ ਕੰਟਰੀ ਕਿਹੜੀ ਗਏ ਸੀ ਤੁਸੀਂ? ਸਰ ਮੈਂ ਨਹੀਂ ਗਿਆ ਜੀ, ਐਕਚੁਲੀ ਮੇਰੇ ਮਿਸਿਜ਼ ਨੇ ਉਹ ਛੋਟੇ ਹੁੰਦੇ ਤੋਂ ਹੀ ਇਟਲੀ ਸੀਗੇ, ਯੂਰਪ ਦੇ ਵਿੱਚ ਸੀਗੇ, ਅਤੇ ਉਹ ਆਫਟਰ 25 ਈਅਰਸ ਉਹ ਇੱਥੇ ਮੈਰਿਜ ਤੋਂ ਬਾਅਦ ਇੱਥੇ ਨੇ, ਤਾਂ ਫਿਰ ਉੱਥੇ ਵਾਪਸ ਦੁਬਾਰਾ ਨਹੀਂ ਗਏ। ਠੀਕ ਹੈ, ਮਤਲਬ ਇਹ ਸੀਗਾ ਵੀ ਤੁਹਾਨੂੰ ਉਰੇ ਆਉਣਾ ਫਲ ਗਿਆ, ਮਤਲਬ ਉਰੇ ਜਿਹੜਾ ਤੁਸੀਂ ਕੰਮ ਚਲਾ ਰਹੇ ਹੋ ਰੋਡ ਦੇ ਉੱਤੇ ਤਾਂ ਵਧੀਆ ਹੈ, ਇਹ ਹੈ ਵੀ ਯੂਨੀਕ ਹੈ ਜੇ ਗੱਲ ਕੀਤੀ ਜਾਵੇ ਤਾਂ, ਅਕਸਰ ਇਹ ਚੀਜ਼ਾਂ ਨਹੀਂ ਦਿਖਦੀਆਂ, ਜੇ ਦਿਖਦੀਆਂ ਵੀ ਨੇ ਤਾਂ ਜੋ ਚੀਜ਼ਾਂ ਤੁਸੀਂ ਰੱਖੀਆਂ ਹੋਈਆਂ ਨੇ ਵੱਡੇ ਵੱਡੇ ਸਟੋਰਸ ਦੇ ਉੱਤੇ ਅਵੇਲੇਬਲ ਹੁੰਦੀਆਂ ਨੇ, ਤਾਂ ਤੁਸੀਂ ਇੱਥੇ ਕੰਮ ਕਰ ਰਹੇ ਹੋ, ਵੈਸੇ ਖਾਸ ਕੀ ਹੈ ਤੁਹਾਡੇ ਕੋਲ? ਦੇਖੋ ਜੀ, ਸਾਡੇ ਕੋਲ ਖਾਸ ਤਾਂ ਜੀ ਸਾਰਾ ਕੁਛ ਹੀ ਹੈ, ਕਿਉਂਕਿ ਇਹ ਖਾਸ ਇਸ ਕਰਕੇ ਹੋ ਜਾਂਦਾ ਕਿਉਂਕਿ ਇੱਕ ਤਾਂ ਅਸੀਂ ਮੈਦਾ ਨਹੀਂ ਯੂਜ਼ ਕਰ ਰਹੇ, ਦੂਸਰਾ ਇਹ ਸਾਰਾ ਕੁਛ ਐਗਲੈਸ ਆ, ਅਤੇ ਤੀਸਰਾ ਇਹ ਸ਼ੱਕਰ ਨਾਲ ਹੀ ਬਣਾ ਰਹੇ ਹਾਂ, ਵਾਈਟ ਸ਼ੂਗਰ ਜਾਂ ਬਰਾਊਨ ਸ਼ੂਗਰ ਅਸੀਂ ਯੂਜ਼ ਨਹੀਂ ਕਰਦੇ। ਉਸ ਤੋਂ ਬਾਅਦ ਜੇਕਰ ਕੰਮ ਦੇ ਵਿੱਚੋਂ ਖਾਸੀਅਤ, ਮੇਰੇ ਅਕੋਰਡਿੰਗਲੀ ਸਾਰਾ ਕੁਛ ਖਾਸ ਹੁੰਦਾ, ਪਰ ਇਹ ਹੈ ਕਿ ਜੋ ਹੌਟ ਸੈਲਿੰਗ ਚੀਜ਼ਾਂ ਨੇ ਸਾਡੀਆਂ ਉਹ ਸਾਡੇ ਚੀਜ਼ ਕੇਕਸ ਨੇ, ਸਾਡੀਆਂ ਪੁਡਿੰਗਸ ਹੌਟ ਸੈਲਿੰਗ ਨੇ, ਅਤੇ ਉਸ ਤੋਂ ਬਾਅਦ ਸਾਡੀਆਂ ਕੁਕੀਜ਼ ਨੇ ਜਿਹੜੀਆਂ ਉਹ ਵੀ ਹੌਟ ਸੈਲਿੰਗ 'ਚ ਜਾ ਰਹੀਆਂ ਨੇ,
ਕਿਉਂਕਿ ਅਸੀਂ ਡਾਇਬਟਿਕ ਫਰੈਂਡਲੀ ਵੀ ਕੁਕੀਜ਼ ਬਣਾਉਂਦੇ ਹਾਂ, ਗਲੂਟਨ ਫਰੀ ਵੀ ਬਣਾਉਂਦੇ ਹਾਂ, ਅਤੇ ਬਾਕੀ ਜਿਹੜਾ ਵੀ ਹੈਗਾ ਕੰਮ ਉਹ ਸਾਰਾ ਇਹ ਹੈ ਕਿ ਮਿਲਟਸ ਤੋਂ ਹੀ ਤਿਆਰ ਹੁੰਦਾ, ਸੋ ਉਸ ਕਰਕੇ ਜਿਹੜਾ ਹੈਗਾ ਕਿ ਮਾਰਕੀਟ ਨਾਲੋਂ ਥੋੜ੍ਹਾ ਜਿਹਾ ਅਲੱਗ ਹੋ ਜਾਂਦਾ। ਕਹਿਣ ਦਾ ਭਾਵ ਇਹ ਹੈ ਕਿ ਜੋ ਚੀਜ਼ਾਂ ਤੁਸੀਂ ਉਰੇ ਸੈੱਲ ਕਰ ਰਹੇ ਹੋ ਉਹ ਸਾਰੀਆਂ ਹੀ ਹੈਲਥ ਅਕੋਰਡਿੰਗ ਵੀ ਸਹੀ ਨੇ, ਮਤਲਬ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਵੀ ਖਾਣ ਤੋਂ ਬਾਅਦ ਕਿਸੇ ਦੀ ਸਿਹਤ ਖਰਾਬ ਹੋਵੇਗੀ ਜਾਂ ਕਿਸੇ ਤਰੀਕੇ ਦੀ ਦਿੱਕਤ ਬਾਅਦ ਵਿੱਚ ਘਰ ਆਵੇਗੀ। ਦੇਖੋ ਜੀ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਬਣ ਜੂਗੀ ਕਿਸੇ ਦੀ ਸਿਹਤ, ਪਰ ਹਾਂ ਇਹ ਗਰੰਟੀ ਹੈ ਸਾਡੀ ਕਿ ਖਰਾਬ ਨਹੀਂ ਹੋ ਸਕਦੀ, ਕਿਉਂਕਿ ਆਪਾਂ ਨੂੰ ਪਤਾ ਕਿ ਮੈਦਾ ਆਪਣੀ ਸਿਹਤ ਲਈ ਕਿੰਨਾ ਹਾਨੀਕਾਰਕ ਆ, ਪਰ ਅੱਜ ਦੇ ਟਾਈਮ ਤੇ ਹਰ ਇੱਕ ਚੀਜ਼ ਹੈ ਜਿਹੜੀ ਉਹ ਮੈਦੇ ਦੀ ਆ। ਦੂਸਰਾ ਜਿਹੜਾ ਹੈਗਾ ਕਿ ਮਿੱਠਾ, ਆਪਣੇ ਆਪਾਂ ਨੂੰ ਪਤਾ ਕਿ ਸ਼ੂਗਰ ਦਾ ਜਿਹੜਾ ਹੈਗਾ ਉਹ ਲੈਵਲ ਹਰ ਇੱਕ ਬੰਦੇ ਦਾ ਬਹੁਤ ਜ਼ਿਆਦਾ ਹਾਈ ਰਹਿੰਦਾ, ਸੋ ਇਸ ਕਰਕੇ ਅਸੀਂ ਜਿਹੜੀ ਸ਼ੂਗਰ ਆ ਸ਼ੂਗਰ ਬੰਦ ਕਰਕੇ ਅਤੇ ਅਸੀਂ ਸ਼ੱਕਰ ਵੱਲ ਹੋਏ ਹਾਂ, ਕਿਉਂਕਿ ਸ਼ੱਕਰ ਦਾ ਜਿਹੜਾ GI ਲੈਵਲ ਹੁੰਦਾ ਉਹ ਘੱਟ ਹੁੰਦਾ ਸ਼ੂਗਰ ਨਾਲੋਂ, ਸੋ ਉਹ ਆਪਾਂ ਨੂੰ ਸਹੀ ਰਹਿੰਦੀ ਹੈ, ਸਿਹਤ ਵਾਸਤੇ ਸਹੀ ਰਹਿੰਦੀ ਆ। ਅਤੇ ਬਾਕੀ ਆਪਾਂ ਨੂੰ ਪਤਾ ਹੀ ਹੈ ਕਿ ਗੁੜ ਅਤੇ ਸ਼ੱਕਰ ਖੂਨ ਵਧਾਉਣ ਦੇ ਕੰਮ ਤਾਂ ਕਰਦੀ ਹੈ। ਸਾਡੇ ਨਾਲ ਮੌਜੂਦ ਨੇ, ਮੈਡਮ ਨਾਲ ਵੀ ਗੱਲਬਾਤ ਕਰਦੇ ਹਾਂ। ਹਾਲਾਂਕਿ ਇਟਲੀ ਤੋਂ ਵਾਪਸ ਪਰਤੇ ਨੇ ਪੜ੍ਹਾਈ ਕਰਨ ਤੋਂ ਬਾਅਦ, ਉੱਥੇ ਉਰੇ ਕਾਰੋਬਾਰ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਡਮ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਭਾਜੀ ਨੇ ਜਿਵੇਂ ਦੱਸਿਆ ਵੀ ਤੁਸੀਂ ਇਟਲੀ ਤੋਂ ਪਰਤੇ ਹੋ ਵਾਪਸ, ਹੈਨਾ, ਤਾਂ ਕੀ ਖਾਸ ਕੀ ਲੱਗਿਆ ਉਰੇ? ਉਰੇ ਖਾਸ ਤਾਂ ਇਹੀ ਨੇ, ਮੇਰੇ ਵਾਸਤੇ ਤਾਂ ਇਹੀ ਨੇ ਖਾਸ। ਤੇ ਵੈਸੇ ਮੈਨੂੰ ਇਹ ਸੀਗਾ ਕਿ ਮਤਲਬ ਬਾਹਰ ਤਾਂ ਹਰ ਕੋਈ ਜਾ ਕੇ ਕੰਮ ਕਰ ਲੈਂਦਾ, ਆਪਣੀ ਕੰਟਰੀ 'ਚ ਰਹਿ ਕੇ ਕੁਛ ਕਰੀਏ, ਕਿਉਂਕਿ ਹੁਣ ਪੰਜਾਬ ਆਪਾਂ ਦੇਖ ਹੀ ਰਹੇ ਹਾਂ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਜਾ ਰਿਹਾ। ਸੋ ਮੇਰਾ ਇਹ ਸ਼ੁਰੂ ਤੋਂ ਹੀ ਸੀਗਾ ਕਿ ਮੈਰਿਜ ਤੋਂ ਬਾਅਦ ਮੈਂ ਇੰਡੀਆ ਹੀ ਰਹਿਣਾ ਵਾ। ਵੈਸੇ ਬਾਏ ਬੋਰਨ ਤੁਸੀਂ ਇਟਲੀ ਤੋਂ? ਨਹੀਂ, ਮੈਂ 3 ਸਾਲ ਦੀ ਸੀਗੀ ਜਦੋਂ ਬਾਹਰ ਚਲ ਗਈ ਸੀਗੀ, ਮੇਰੀ ਸਟੱਡੀ ਵਗੈਰਾ ਸਾਰਾ ਕੁਝ ਬਾਹਰ ਦਾ ਹੀ ਹੈ, ਤੇ ਮੈਂ ਇੰਡੀਆ 3 ਜਾਂ 4 ਵਾਰੀ ਆਈ ਹਾਂ, ਤੇ ਮੈਰਿਜ ਤੇ ਹੀ ਆਈ ਹਾਂ ਉਸ ਤੋਂ ਬਾਅਦ। ਠੀਕ ਹੈ ਠੀਕ ਹੈ, ਮਤਲਬ ਜਿਹੜਾ ਹੁਣ ਤੁਸੀਂ ਕਰ ਰਹੇ ਹੋ ਬੇਕਰੀ ਪ੍ਰੋਡਕਟ ਨੇ ਤੁਹਾਡੇ ਕੋਲ, ਤੇ ਸਾਰੇ ਫਿਰ ਉੱਥੇ ਕੋਈ ਕੋਰਸ ਕੀਤਾ ਸੀਗਾ? ਨਹੀਂ, ਮੇਰਾ ਕੁਕਿੰਗ ਦਾ ਤੇ ਬੇਕਿੰਗ ਦਾ ਸ਼ੁਰੂ ਤੋਂ ਹੀ ਸ਼ੌਂਕ ਹੈ, ਮੈਂ ਸਟੱਡੀ ਜ਼ਰੂਰ ਹੀ ਕਰੀ ਹੈ, ਪਰ ਮੈਂ ਸੈਲਫ ਟੌਟ ਬੇਕਰੀ ਹਾਂ, ਤੇ ਮੈਂ ਦੇਖ ਕੇ ਕੁਛ ਵੀ ਬਣਾ ਲੈਂਦੀ ਹਾਂ, ਸੋ ਮੈਨੂੰ ਸ਼ੌਂਕ ਹੈ ਲੋਕਾਂ ਨੂੰ ਖਵਾਉਣਾ, ਤੇ ਬਸ ਮੈਂ ਉਹੀ ਚੀਜ਼ ਨੂੰ ਕੰਟੀਨਿਊ ਕਰ ਰਹੀ ਹਾਂ ਆਪਣੇ ਪੈਸ਼ਨ ਨੂੰ। ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਸਿਹਤ ਦੇ ਧਿਆਨ ਰੱਖ ਰਹੇ ਹੋ? ਹਾਂਜੀ, ਕਿਉਂਕਿ ਮੈਨੂੰ ਇਹ ਹੁੰਦਾ ਕਿ ਜੇ ਆਪਾਂ ਕਿਸੇ ਨੂੰ ਕੁਛ ਖਵਾਉਣਾ ਹੈ ਤਾਂ ਵਧੀਆ ਖਵਾਈਏ, ਆਪਾਂ ਮਤਲਬ ਕੰਪਰੋਮਾਈਜ਼ ਨਾ ਕਰੀਏ ਕੁਆਲਿਟੀ ਨਾਲ, ਸੋ ਅਸੀਂ ਮਤਲਬ ਮੈਦੇ ਤੋਂ ਬਿਨਾਂ ਬਣਾਉਂਦੇ ਹਾਂ ਹਰ ਚੀਜ਼, ਜੈਗਰੀ ਨਾਲ ਬਣਾਉਂਦੇ ਹਾਂ, ਇਹ ਕਿ ਮਿੱਠਾ ਖਾਣ ਨੂੰ ਹਰ ਕਿਸੇ ਦਾ ਜੀ ਕਰਦਾ, ਤੇ ਆਪਣੇ ਪੰਜਾਬ 'ਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਮਤਲਬ ਡਾਇਬੀਟੀਜ਼ ਹੈ, ਸੋ ਉਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੁੰਦੇ ਹਾਂ ਅਸੀਂ। ਹਾਂਜੀ, ਤੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਤੇ ਕਿਹੋ ਜਿਹਾ ਰਿਸਪੌਂਸ? ਸਾਨੂੰ 4 ਮੰਥ ਪਲੱਸ ਹੋ ਗਿਆ ਵਾ, ਤੇ ਰਿਸਪੌਂਸ ਬਹੁਤ ਵਧੀਆ ਲੋਕਾਂ ਦਾ, ਤੇ ਬਸ ਤੁਹਾਡੇ ਸਾਹਮਣੇ ਹੀ ਆ ਬਾਕੀ। ਹਾਂਜੀ, ਖੜੇ ਨੇ ਭਾਜੀ ਨਾਲ ਵੀ ਗੱਲਬਾਤ ਕਰਦੇ ਆ। ਭਾਜੀ ਪਿਛਲੇ ਲੰਬੇ ਸਮੇਂ ਤੋਂ ਖੜੇ ਨੇ, ਮੈਂ ਦੇਖ ਰਿਹਾ ਜਦੋਂ ਤੇ ਅਸੀਂ ਆਏ ਆ ਉਦੋਂ ਤੇ ਖੜ ਕੇ ਇੱਥੇ, ਕਿਵੇਂ ਦਾ ਲੱਗ ਰਿਹਾ ਭਾਜੀ? ਵੈਰੀ ਯੂਨੀਕ ਟੇਸਟ ਹੈ ਬਾਕੀ ਸਾਰਿਆਂ ਨਾਲੋਂ, ਲਾਈਕ ਇੱਕ ਫਰੈਸ਼ਨੈਸ ਵੀ ਆ, ਫੂਡ ਟੇਸਟ ਵੀ ਬਹੁਤ ਵਧੀਆ, ਕੁਆਲਿਟੀ ਫੀਲ ਹੁੰਦੀ ਆ ਖਾਣੇ 'ਚ ਵੀ, ਬਹੁਤ ਵਧੀਆ ਆ। ਠੀਕ ਹੈ, ਤੇ ਭਾਜੀ ਫਿਰ ਕੀ ਲਿੱਤਾ ਹੁਣ ਤੁਸੀਂ ਇੱਥੇ ਖੜੇ ਹੋ? ਬਸ ਏਸੀ 'ਚੋਂ ਚੋਇਸ ਕੀਤਾ, ਉਹ ਸਾਰਾ ਕੁਛ ਹੀ ਵਧੀਆ ਹੈ, ਇੱਦਾਂ ਦਾ ਕੁਛ ਨਹੀਂ ਹੈ ਕਿ ਵੀ ਇੱਕ ਚੀਜ਼ ਐਨ ਕਰਦਾ ਵੀ ਸਾਰਾ ਹੀ ਲੈ ਜਾਈਏ, ਬਟ ਇਹ ਵੀ ਵਾਰੀ ਵਾਰੀ ਤੁਸੀਂ ਟਰਾਈ ਕਰ ਰਹੇ ਹੋ ਸਭ ਕੁਛ। ਹਾਂ ਹਾਂ, ਬਸ ਇਹ ਕਿ ਨੰਬਰ ਆਫ ਥਿੰਗਸ ਅਸੀਂ ਟਰਾਈ ਕੀਤੇ ਨੇ, ਬਸ ਠੀਕ ਹੈ। ਸਭ ਤੋਂ ਵਧੀਆ ਇਹ ਮਤਲਬ ਬਿਸਕੌਫ ਲੱਗਿਆ ਸਾਨੂੰ ਇਹਨਾਂ ਦਾ, ਬਹੁਤ ਅੱਛਾ ਯੂਨੀਕ ਟੇਸਟ ਆ ਉਹਦਾ। ਤਾਂ ਇਹ ਪਟਿਆਲੇ ਦੇ ਜਿਹੜਾ ਇੱਕ ਕਪਲ ਹੈਗਾ ਪਟਿਆਲੇ ਦੇ ਵਿੱਚ, ਜਿਹੜੀ ਥਾਪਰ ਯੂਨੀਵਰਸਿਟੀ ਉਸਦੇ ਕੋਲ ਖੜਾ, ਤੇ ਪਿਛਲੇ ਲੰਬੇ ਸਮੇਂ ਤੋਂ ਬੇਕਰੀ ਚਲਾ ਰਹੇ ਨੇ, ਹੋਰ ਬੜਾ ਹੀ ਵਧੀਆ ਰਿਸਪੌਂਸ ਇਹਨਾਂ ਨੂੰ ਇੱਥੇ ਮਿਲ ਰਿਹਾ ਹੈ। ਪਟਿਆਲਾ ਤੋਂ ਪ੍ਰਭਸਿਮਰਨ ਸਿੰਘ ਦੀ ਰਿਪੋਰਟ, ਜ਼ੂਮ ਪੰਜਾਬੀ।